ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਮਰਦਾਨਾ ਕਮਜ਼ੋਰੀ, ਦਿਮਾਗੀ ਕਮਜ਼ੋਰੀ, ਜੋੜਾਂ ਦੇ ਦਰਦ, ਸਰੀਰਕ ਕਮਜ਼ੋਰੀ ਤੇ ਗੁਪਤ ਰੋਗਾਂ ਦੇ ਪੱਕੇ ਇਲਾਜ ਲਈ ਸੰਪਰਕ ਕਰੋ ਡਾਕਟਰ ਲਲਿਤ ਵਰਮਾ ਨਾਲ। ਨਾਈਆਂ ਵਾਲਾ ਚੌਂਕ, ਫਗਵਾੜਾ। ਕਾਲ ਔਨ 9814446471। ਫਗਵਾੜੇ ਦੇ ਹਾਲਾਤ ਇਸ ਵੇਲੇ ਬਿਹਾਰ ਤੇ ਯੂਪੀ ਵਾਲੇ ਬਣੇ ਹੋਏ ਹਨ, ਜਿੱਥੇ ਨਿਤ ਦਿਨ ਦਿਹਾੜੇ ਚੋਰੀਆਂ, ਡਕੈਤੀਆਂ ਤੇ ਲੁੱਟਾਂ ਖੋਹਾਂ ਜਾਰੀ ਹਨ ਅਤੇ ਪੁਲਿਸ ਹੱਥ ਤੇ ਹੱਥ ਧਰੀ ਬੈਠੀ ਖੋਖਲੇ ਦਾਅਵਿਆਂ ਨਾਲ ਸਾਰ ਰਹੀ ਹੈ ਅਤੇ ਆਰੋਪੀਆਂ ਨੂੰ ਜਲਦ ਫੜਨ ਦੇ ਦਾਅਵੇ ਕਰ ਰਹੀ ਹੈ। ਪਰ ਚੋਰ ਪੁਲਿਸ ਨਾਲ ਲੁਕਣ ਮਚਾਈ ਵਾਲੀ ਖੇਡ ਖੇਡ ਰਹੇ ਹਨ, ਜਿੱਥੇ ਉਹ ਬੇਧੜਕ ਹੋ ਕੇ ਫਿਲਮੀ ਸਟਾਈਲ ਵਿੱਚ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਹੁਣ ਇੱਕ ਨਵਾਂ ਮਾਮਲਾ ਫਗਵਾੜਾ ਦੇ ਚਾਲ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਵੱਲੋਂ ਅੱਧੀ ਰਾਤ ਨੂੰ ਇੱਕ ਕੋਠੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਚੋਰਾਂ ਵੱਲੋਂ ਵੱਡਾ ਨੁਕਸਾਨ ਕੀਤਾ ਗਿਆ ਹੈ ਅਤੇ ਕੋਠੀ ਵਿੱਚ 1.5 ਲੱਖ ਰੁਪਏ ਤੋਂ ਵੱਧ ਰਕਮ ਦਾ ਨੁਕਸਾਨ ਕਰ ਗਏ ਹਨ। ਕੀ ਹੋਇਆ? ਗੁਰਮੇਲ ਆ ਭਾਜੀ। ਹਾਂਜੀ। ਤੇ ਆਪਾਂ ਚਾਲ ਨਗਰ ਮਹੱਲੇ ਤੋਂ ਆ ਤੇ ਰਾਤੀ ਇਹ ਕੋਈ ਰਾਤੀ ਇਹ ਕੰਮ ਹੋ ਗਿਆ। ਆ ਸਾਰਾ ਕੁਛ ਹੀ ਤੁਸੀਂ ਦੇਖ ਹੀ ਲਿਆ, ਸਾਰਾ ਖਲਾਰਾ ਕਿੱਦਾਂ ਪਾਇਆ ਹੈਗਾ ਆ। ਹਾਂਜੀ, ਨੁਕਸਾਨ ਕਾਫੀ ਨੁਕਸਾਨ ਹੋ ਗਿਆ, ਹੁਣ ਬੰਦਾ ਕਰ ਵੀ ਕੀ ਸਕਦਾ। ਇਹਦਾ ਉੱਪਰ ਰੱਖ ਕੇ ਟੂਟੀਆਂ ਵੀ ਸਾਰੇ ਘਰ ਦੀਆਂ ਕੁਛ ਨਹੀਂ ਛੱਡਿਆ ਉਹਨਾਂ ਨੇ, ਐਵਰੀਥਿੰਗ, ਸਿਲੰਡਰ, ਚੁੱਲ੍ਹਾ, ਜੋ ਵੀ ਕੁਛ ਆ, ਜਿੰਨੇ ਵੀ ਕੱਪੜੇ ਕੁੱਪੜੇ ਜੋ ਚੰਗੇ ਭਾਂਡੇ ਭੂੰਡੇ ਸਾਰਾ ਸਾਰਾ ਕੁਛ ਹੀ ਚੱਕ ਕੇ ਲੈ ਕੇ ਆ ਗਿਆ। ਹੈ ਨਾ, ਕਾਫੀ ਨੁਕਸਾਨ ਹੋ ਗਿਆ ਹੈਗਾ। ਸਰ, ਕਿੰਨੀ ਕੁ ਦਾ ਨੁਕਸਾਨ ਹੋ ਗਿਆ ਆਪਣਾ? 1.5 ਲੱਖ ਦਾ ਨੁਕਸਾਨ ਹੋ ਗਿਆ ਭਾਜੀ। ਤੇ ਪੇਮੈਂਟ ਕੈਸ਼ ਵੀ ਸੀ ਕੋਈ? ਨਹੀਂ, ਕੈਸ਼ ਨਹੀਂ ਸੀ ਕੁਛ ਵੀ। ਹਾਂਜੀ, ਕੈਸ਼ ਕੁਛ ਨਹੀਂ ਸੀ ਪਿਆ ਹੈਗਾ, ਬਸ ਕੇ ਸਮਾਨ ਹੀ, ਜੋ ਵੀ ਜ਼ਿਆਦਾ ਸਮਾਨ ਹੀ ਚੱਕ ਹੋਇਆ ਹੈਗਾ। ਹਾਂਜੀ, ਟੂਟੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਟੂਟੀਆਂ ਸਾਰੇ ਘਰ ਦੀਆਂ ਟੂਟੀਆਂ ਲਾ ਲਈਆਂ ਗਈਆਂ। ਤੇ ਇੱਥੇ ਕੋਈ ਮਕੀ ਆਪਾਂ ਰਹਿਸ਼ ਇੱਥੇ ਹੀ ਆ ਆਪਣੀ? ਇੱਥੇ ਆ, ਦੂਜੀ ਕੋਠੀ ਨਾਲ ਹੀ ਆਪਣੀ। ਹਾਂਜੀ ਹਾਂਜੀ। ਤੇ ਕਦੇ ਕਦੇ ਇੱਧਰ ਵੀ ਰਾਤ ਨੂੰ ਆ ਕੇ ਸੌਂ ਜਾਈਦਾ ਕਦੇ ਕਦੇ। ਹਾਂਜੀ, ਨਾਲ ਦੀ ਇੱਥੋਂ ਆਪਣੇ ਚੜ੍ਹ ਕੇ ਨਾਲ ਦੀਆਂ ਕੋਠੀ ਨੂੰ, ਉਹਨਾਂ ਦੇ ਉਹ ਵੀ LCD ਲਾ ਕੇ ਲੈ ਗਏ ਨਾਲ ਦੀ ਕੋਠੀ ਚੋਂ। ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਆਪਾਂ? ਪੁਲਿਸ ਨੂੰ ਹਾਂਜੀ ਫੋਨ ਕੀਤਾ ਹੈਗਾ, ਪੁਲਿਸ ਨੂੰ ਦਿੱਤਾ ਹੈਗਾ, ਦੱਸਿਆ ਹੈ ਪੁਲਿਸ ਨੂੰ। ਕਦੋਂ ਦੱਸਿਆ ਪੁਲਿਸ ਨੂੰ? ਆਹ ਆਪਾਂ ਹੋ ਗਿਆ ਜਸਟ 2 ਘੰਟੇ ਹੋ ਗਿਆ ਗੱਲ ਕੀਤੀ ਉਹਨਾਂ ਨੂੰ। ਤੇ ਪੁਲਿਸ ਕੋਈ ਆਈ? ਪੁਲਿਸ ਵਾਲੇ ਆ ਰਹੇ ਆ, ਕਹਿੰਦੇ ਸੀ ਅਸੀਂ ਆਉਂਦੇ ਹੈਗੇ ਹਾਂ। ਹਾਂਜੀ। ਗੁਰਮੇਲ ਸਿੰਘ ਨੇ ਦੱਸਿਆ ਹੈ ਕਿ ਸਾਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।